ਲੱਗੇ ਆ ਜੀ। ਏ ਤੂੰ ਜਾਣ ਕੇ ਲੰਬੀ ਪੈ ਗਈ ਆ ਗਿਆ, ਟਿਊਸ਼ਨ ਨਹੀਂ ਜਾਣਾ ਜੀ? ਕਿੰਨੇ ਵਜੇ ਜਾਣਾ ਜੀ? ਅੱਜ ਸੰਡੇ ਆ ਜੀ, ਸਵਾਗਤ ਆ ਤੁਹਾਡਾ ਸਾਰਿਆਂ ਦਾ ਸਾਡੇ ਨਵੇਂ ਬਲੌਗ 'ਚ। ਹਾਂ ਸੰਡੇ ਵਾਲੇ ਦਿਨ ਵੀ ਟਿਊਸ਼ਨ ਜਾਣਾ ਪੈਣਾ ਨਾ। ਹਾਂ ਚਲੋ ਇੱਧਰ ਆਪਣਾ ਆਪਣਾ ਸਾਰੇ ਜਣੇ ਲੱਗੇ ਹੋਏ ਕੰਮ ਕਰਨ। ਹਰਮਨ ਦਾ ਗਿਆ, ਮੰਮੀ ਨਾ ਗਿਆ, ਇਹ ਮੈਂ ਨਾਉਣ ਚੱਲਾਂ ਅਤੇ ਬਾਕੀ ਦੇਖਦੇ ਹਾਂ ਅੱਜ ਕੁਛ ਕੀ ਬਣਦਾ, ਕੀ ਬਣਾਉਣਾ ਅੱਜ। ਹਾਂ ਅੱਜ ਮਦਰ ਡੇ ਆ, ਮਦਰ ਡੇ ਨੂੰ ਆਪਣਾ ਤੁਸੀਂ ਸਟੇਟਸ ਸਟੂਡੈਂਟ ਦਾ ਲਾ ਤੇ ਸਾਰਾ ਹੀ ਨਾ ਮੋਬਾਈਲਾਂ ਦੇ ਉੱਤੇ। ਚਲੋ ਠੀਕ ਆ ਜੀ, ਨਹਾ ਧੋ ਕੇ ਫਰੈਸ਼ ਹੋ ਕੇ ਮਿਲਦੇ ਹਾਂ, ਤੁਸੀਂ ਵੀ ਰੋਟੀ ਪਾਣੀ ਖਾ ਕੇ ਤਿਆਰ ਹੋ ਜਾਓ, ਫਿਰ ਟਿਊਸ਼ਨ ਜਾਣਾ ਫਿਰ 10 ਵਜੇ। ਨੀਂਦ ਆਉਣ ਡਈ ਆ? ਬਲੌਗ ਦੇਖਣ ਡਈ ਆਪਣਾ? ਪਾਪਾ ਆ ਗਏ, ਚੱਲੇ ਪਾਪਾ ਫਿਰ ਤਾਂ। ਉਹ ਚਾਕਲੇਟ ਲਿਆ ਦਿਓ ਇੱਕ। ਮੇਰੇ ਅੱਜ ਕੀ ਬਣਾਉਣਾ ਫਿਰ? ਅੱਜ ਬ੍ਰੈਡ, ਬ੍ਰੈਡ ਬਣਾਉਣੀ, ਬ੍ਰੈਡ ਪਰ ਤੈਨੂੰ ਪਤਾ ਹਾਂ ਆਪਾਂ ਸਿੰਪਲ ਬ੍ਰੈਡ ਖਾ ਸਕਦੇ? ਨਹੀਂ ਉਹ ਤਾਂ ਆਪਾਂ ਦਿਖਾਵਾਂਗੇ, ਸਪੈਸ਼ਲ ਚੀਜ਼ ਉਹ ਦਿਖਾਵਾਂਗੇ ਫਿਰ। ਪਰ ਮੈਂ ਤਾਂ ਆਪਣਾ ਬ੍ਰੇਕਫਾਸਟ ਕਰ ਲਿਆ, ਮੈਂ ਚਲ ਜਾਣਾ ਆ, ਮੈਂ ਬਾਅਦ ਚ ਖਾਊਂਗਾ। ਹਾਂ ਦਾਦੀ ਬਣਾਓਗੇ, ਸਾਰੇ ਜਣੇ ਖਾ ਲੈਣਗੇ। ਮੈਂ ਤੇਰੀ ਮੈਨੂੰ ਆ ਕੇ ਬਣਾਉਣੀ ਪੈਣੀ ਤੁਹਾਨੂੰ, ਮੇਰੇ ਵਾਸਤੇ ਵੀ ਹਨਾ। ਟਮਾਟਰ ਤੇ ਮੰਮਾ ਨਹਾਉਂਦੇ ਪਏ ਨੇ ਹਲੇ, ਫਿਰ ਹੁਣ ਬਲੈਡ ਕਰ ਲਓ, ਫਿਰ ਮੈਂ ਟਿਊਸ਼ਨ ਚਲ ਜਾਈ, ਪਾਪਾ ਦਿਖਾਓਗੇ। ਚਲੋ ਬਹਿ ਕੱਟ ਲਓ, ਪਾਪਾ ਆਉਂਗੇ ਫਿਰ। ਹੁਣ ਕੀ ਕਰਦੇ ਹੋ? ਸਮਾਨ ਬਲੈਡ ਦਾ ਤਿਆਰ ਕਰਨ। ਕਰੋ ਕਰੋ ਚਲੋ। ਆਹ ਦੇਖੋ ਪਿਆਜ਼ ਤੇ ਵਿੱਚ ਪਾਇਆ ਟਮਾਟਰ ਤੇ ਸੂਜੀ, ਠੀਕ ਹੈ? ਉਹਦੇ ਵਿੱਚ ਪਾਈ ਹਰੀ ਮਿਰਚ। ਹਰੀ ਮਿਰਚ? ਪਰ ਮੈਂ ਤਾਂ ਨਹੀਂ ਪਿਆਜ਼ ਵਾਲਾ ਨਹੀਂ ਖਾਣਾ। ਉਹ ਸਿੰਪਲ ਕਰ ਦੇ, ਇਹਦੇ ਵਿੱਚ ਪਾਣਾ ਨਮਕ। ਮੈਂ ਤਾਂ ਕਿੱਥੇ ਕੁਕਿੰਗ ਕਰ ਹੁੰਦੀ। ਵਿੱਚ ਪਾਇਆ ਨਮਕ, ਨਮਕ ਵਿੱਚ ਥੋੜਾ ਜਿਹਾ ਵਧੇ ਗਿਆ ਗਰਮ ਮਸਾਲਾ। ਇਹ ਮਿਕਸ ਕਿੱਦਾਂ ਹੋ ਗਈ ਸੂਜੀ ਵਿੱਚ? ਮੈਂ ਦੇਖੀ ਤੂੰ ਹੁਣੇ ਸਭ ਕੁਝ ਕਰ ਦੇਣਾ। ਪਾਣੀ ਪਾਉਂਗੇ ਵਿੱਚ? ਹੋ ਗਿਆ, ਇਸ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ। ਲੋ ਪਾਪਾ ਵੀ ਆ ਗਏ। ਪਾਪਾ ਬ੍ਰੈਡ ਚਾਕਲੇਟ ਕ੍ਰਿਸਪ ਡੈਰੀ ਬ੍ਰੈਡ ਨਹੀਂ ਮਿਲੀ। ਚਲੋ ਅੱਗੇ ਰੁਕੀ ਚਾਹ ਮੇਰੇ ਪਾਪਾ ਦਿਖਾਉਂਦੇ ਆ, ਮੈਂ ਫਿਰ ਚਲ ਜਾਵਾਂ ਟਿਊਸ਼ਨ ਤੇ ਹਨਾ। ਪਾਪਾ ਹੁਣ ਤੁਸੀਂ ਬਣਾਓ, ਮੈਂ ਬਣਾਉਂਦਾ, ਮੈਂ ਜਾਣਾ ਛੱਡ ਗਿਆ ਵਾਂ। ਦੇਖੋ ਜੀ, ਬ੍ਰੈਡ ਦੇ ਵਿੱਚ ਆ ਪਾਣਾ ਸਮਾਨ, ਉੱਪਰ ਲਾਉਣਾ ਆਪਾਂ ਨਾ ਸੂਜੀ, ਪਿਆਜ਼ ਤੇ ਟਮਾਟਰ ਤੇ ਇਹਦੇ ਨਾਲ ਹਰੀ ਮਿਰਚ ਪਾ ਕੇ ਤੇ ਇੱਕ ਹੈਲਦੀ ਹੈਲਦੀ ਫੂਡ ਨਹੀਂ ਬਸ, ਤੁਸੀਂ ਖਾ ਚੋਕਲੇਟ, ਮੈਂ ਨਹੀਂ ਖਾਣੀ। ਤੇ ਚਲੋ ਘਰ ਬਣਾਉਂਦੇ, ਮੰਮੀ ਬਣਾਉਣਗੇ, ਮੈਂ ਚੱਲਾਂ ਇਹਨੂੰ ਪੱਲੇ ਨੂੰ ਛੱਡਣ, ਫਿਰ ਆ ਕੇ ਦੇਖਦੇ ਹਾਂ, ਆ ਕੇ ਦੇਖਦੇ ਕੀ ਬਣਾਇਆ। ਬਸ ਹੋ ਗਿਆ ਟਾਈਮ, ਤਿਆਰ ਹੋ ਗਏ, ਕਹਿੰਦੀ ਸੀ ਮੈਂ ਆ ਕੇ ਖਾਊਂਗੀ ਤੇ ਚੀਜ਼ ਦੇਖ ਕੇ ਫਿਰ ਦਿਲ ਬੇਈਮਾਨ ਹੋ ਗਿਆ, ਤੇ ਹੁਣ ਕਹਿੰਦੀ ਇੱਕ ਖਾ ਕੇ ਜਾਣਾ ਮੈਂ। ਚੱਲ ਖਾ ਲਾ ਇੱਕ ਫਿਰ, ਇਹ ਇੱਕ ਕਲਪਾ ਦਿੰਦੀ ਆ ਵੀ ਮਾਨ ਵੀ ਇਹ ਕੱਲ ਦੀ ਇੱਦਾਂ ਲੱਗੀ ਆ ਕਰਨ ਬਸ। ਕਹਿੰਦੀ ਪਤਾ ਕੀ ਕਹਿੰਦੀ ਆ,
ਨਹੀਂ ਨਾਲੇ ਕੀ ਕਹਿੰਦੀ ਨਾਲੇ ਪਤਾ ਕੀ ਕਹਿੰਦੀ ਆ ਕਹਿੰਦੀ ਜਦੋਂ ਮੈਂ ਇੱਦਾਂ ਕਹਿੰਦੀ ਨਾ ਮੈਨੂੰ ਕੋਈ ਡਾਂਟ ਨਹੀਂ ਪੈਂਦੀ ਕਹਿੰਦੀ ਜਦੋਂ ਮੈਂ ਕਹਿੰਦੀ ਮੰਮੀ ਦੀ ਛੋਟੇ ਬੜੇ ਲੱਗਦੇ ਮੰਮੀ ਸ਼ੀਸ਼ੀ ਜੀ ਆਪਣੇ ਆਪ ਦੇਖਦੀ ਜਾ ਕੇ ਤਿੰਨ ਦਿਨ ਤੋਂ ਕਹਿੰਦੀ ਮੈਂ ਕਹਿ ਰਹੀ ਤਿੰਨ ਦਿਨ ਤੋਂ ਮੈਨੂੰ ਡਾਂਟ ਨਹੀਂ ਪਈ ਹੈਗੀ ਚਲੋ ਦੇ ਇਹਨੂੰ ਪਾ ਕੇ ਖਾਵੇ ਫਿਰ ਮੈਂ ਬਹੁਤ ਹੈ ਮੈਂ ਕਹਿੰਦਾ ਇਹ ਇਹਨੂੰ ਦਿਓ ਪਾ ਕੇ ਖਾਵੇ ਫਿਰ ਮੈਂ ਛੱਡ ਗਿਆ ਵਾ ਲੇਟ ਹੋ ਜਾਣਾ ਇਹਨੇ ਚਲੋ ਟਾਈਮ ਹੋ ਗਿਆ 10:20 ਤੇ ਸਾਡਾ ਮਨ ਫਿਰ ਚੇਂਜ ਹੋ ਗਿਆ ਹੁਣ ਕਹਿੰਦੀ ਮੈਂ ਆ ਕੇ ਖਾਊਂਗੀ ਵੀ ਮੈਂ ਟਿਊਸ਼ਨ ਤੋਂ ਲੇਟ ਹੋ ਜਾਣਾ ਤੇ ਤੁਸੀਂ ਧਨੀਆ ਪਿਆਜ਼ ਜੀ ਹਾਂ ਮੇਰੀ ਗੱਲ ਸੁਣ ਤੁਸੀਂ ਪਾ ਕੇ ਰੱਖੋ ਮੈਂ ਇਹਨੂੰ ਟਿਊਸ਼ਨ ਛੱਡ ਕੇ ਆਇਆ ਲੜ ਲੜ ਕੇ ਪਹਿਲੇ ਮੈਂ ਖਾਣਾ ਆ ਫਿਰ ਟਿਊਸ਼ਨ ਛੱਡ ਕੇ ਜਾਣਾ ਆ ਫਿਰ ਟਿਊਸ਼ਨ ਛੱਡ ਕੇ ਜਾਣਾ ਆ ਖਾਣ ਬਹਿ ਹੀ ਗਏ ਪਾਪਾ ਪਾਪਾ ਖਾਣ ਬਹਿ ਗਏ ਤੈਨੂੰ ਮੈਂ ਕਹਿੰਦਾ 5 ਮਿੰਟ ਪਹਿਲਾਂ ਦੱਸਦਾ ਤੂੰ ਜਾਂਦੀ ਨਹੀਂ ਹੈਗੀ ਯਾਰ 5 ਮਿੰਟ ਪਹਿਲਾਂ ਮੈਂ ਖਾਵਾਂ ਹੀ ਅੜ ਕੇ ਆਉਂਗਾ ਹਾਂ ਪਾਪਾ ਯਾਰ ਲੇਟ ਹੋ ਜਾਣਾ ਲੋ ਜੀ ਪਹਿਲਾਂ ਕਹਿੰਦੀ ਮੈਂ ਨਹੀਂ ਖਾਣਾ ਮੈਂ ਟਿਊਸ਼ਨ ਜਾਣਾ ਆ ਪਰ ਪਾਪਾ ਨਾਲ ਠੁੰਗੇ ਮਾਰਨ ਡਈ ਆ ਮਿੰਟ ਦੇ ਬਿਆਨ ਚੇਂਜ ਹੋ ਜਾਂਦਾ ਹੈ ਮਿੰਟ ਦੇ ਬਿਆਨ ਚੇਂਜ ਹੋ ਜਾਂਦਾ ਇਹਦੇ ਖਾਓ ਖਾਓ ਪਹਿਲਾਂ ਕਹਿੰਦੀ ਖਾਣਾ ਆ ਫੇਰ ਕਹਿੰਦੀ ਨਹੀਂ ਖਾਣਾ ਟਿਊਸ਼ਨ ਜਾਣਾ ਆ ਹੁਣ ਜਦੋਂ ਮੈਂ ਖਾਣ ਲੱਗਾ ਫੇਰ ਖਾਣ ਪੈ ਗਈ ਅੱਜ ਵੱਲੋਂ ਮਦਰਸ ਡੇ ਆ ਫਾਦਰਸ ਡੇ ਥੋੜੇ ਆ ਲੜਾਈ ਮੰਮਾ ਨਾਲ ਨਹੀਂ ਹੋਣੀ ਚਾਹੀਦੀ ਪਾਪਾ ਨਾਲ ਭਾਵੇਂ ਹੋ ਜਾਵੇ ਹੈ ਨਾ ਬਈ ਠੀਕ ਆ ਮੰਮੀ ਵੇਖਣ ਡਈ ਆ ਕਦੋਂ ਖਾਣੀ ਆ ਮੈਂ ਉਦੋਂ ਖਾਣ ਬੈਠਾ ਸੀ ਮੰਮੀ ਡੀਕਦੀ ਪਈ ਆ ਕਦੋਂ ਇਹ ਖਾਣਗੇ ਫਿਰ ਮੈਂ 10-12 ਖਾਊਂਗੀ ਫਿਰ ਬਲੌਗ ਨੀ ਬਣੂਗਾ ਫਿਰ ਬਲੌਗ ਨੀ ਬਣੂਗਾ ਤੇ ਮੈਂ 10-12 ਪੀਸ ਖਾਊਂਗੀ ਇਕੱਠੀ ਸੱਚ ਬੋਲਤਾ ਮੰਮੀ ਦਿਖਾ ਤੂੰ ਚਲਾਕ ਕਰੋ ਮੰਮੀ ਦੋ ਦੋ ਪੀਸ ਲਿਆਈ ਪਿੱਤਰ ਮਾਰੂ ਤੇ ਇੱਕ ਲੈ ਆਈ ਆ ਇੱਕ ਦੋ ਉਹ ਤਾਂ ਮੈਂ ਵੀ ਇੱਕ ਪੀਸ ਦੇ ਚਾਰ ਪੀਸ ਦਿੱਤੇ ਹੂੰ ਖਾ ਲਓ ਮੈਂ ਚਲੀ ਡਿਸ਼ਨ ਦੇ ਪੂਰੇ 10:30 ਹੋ ਗਏ ਆ ਤੇ ਐਡਾ ਪੀਸ ਕਰ ਦੇ ਖਾ ਦੋ ਕਿਲੋ ਮਿੰਟ ਰਹਿਣੇ ਲੈ ਬਹੁਤ ਵਾਰ ਸਾਰੇ ਪੀਸ ਵਿੱਚ ਚਾਹ ਪੀਂਦੇ ਵੀ ਪਾਣੀ ਬਾਬਾ ਹੋ ਗਏ ਵੇਲੇ ਖਾ ਪੀ ਕੇ 10-12 ਨਹੀਂ ਮੈਂ ਛੱਡਿਆ ਐਡੀਸ਼ਨ ਤੇ ਮੈਨੂੰ ਪਤਾ ਤੇਰਾ ਤਾਂ ਬਹੁਤ ਮਜ਼ਾਕ ਇਹ ਤੈਨੂੰ ਕਹਿੰਦੀ ਮੰਮੀ ਤੁਸੀਂ ਸੋਹਣੇ ਬੜੇ ਲੱਗਦੇ ਇਹ ਜ਼ਿਆਦਾ ਥੋੜ੍ਹੇ ਖਾਣ ਦੇ ਪਾਰਾ ਹੈਵੀ ਹੋ ਜਾਂਦਾ ਖਾਣਾ ਇਹ ਨਾਸ਼ਤਾ ਹੈਵੀ ਹੋ ਜਾਂਦਾ ਥੋੜ੍ਹਾ ਜਿਹਾ ਚਲੋ ਤੇ ਮਿਲਦੇ ਹਾਂ ਹੁਣ ਦੁਪਹਿਰ ਨੂੰ ਸ਼ਾਂਤੀ ਰਹਿਣੀ 2 ਘੰਟੇ 2 ਘੰਟੇ ਸ਼ਾਂਤੀ ਰਹਿਣੀ ਮੈਂ ਵੀ ਚੱਲਾਂ ਆ ਦੁਕਾਨ ਤੇ ਤੁਸੀਂ ਆਪਣਾ ਹੁਣ ਦੇਖ ਲਿਓ ਜੋ ਵੀ ਦਵਾਈ ਮੰਮੀ ਨੂੰ ਲਿਆ ਦੇਣਾ ਚਲੋ ਆਓ ਚੱਲੀ ਆਪਾਂ ਦਵਾਈ ਲੈ ਕੇ ਆਈਏ ਮਾਤਾ ਹੱਡੀ ਥੋੜ੍ਹਾ ਜਿਹਾ ਬੀਪੀ ਲੱਗਦਾ ਅੱਜ ਅਪਡਾਊਨ ਹੋਇਆ ਫਿਰ ਮੈਂ ਪਹਿਲਾਂ ਦਵਾਈ ਲਿਆ ਕੇ ਦੇਵਾਂ ਤੇ ਫਿਰ ਮੈਂ ਛੱਡ ਕੇ ਮੰਮੀ ਨੂੰ ਮੈਂ ਚੱਲ ਜਾਣਾ ਦੁਕਾਨ ਤੇ ਓਕੇ
ਚਲੋ ਦਵਾਈ ਲੈ ਆਂਦੀ ਆ, ਦਵਾਈ ਦੇਤੀ ਆ, ਬੀਪੀ ਥੋੜਾ ਜਿਹਾ ਵਧਿਆ ਆ, ਹੈਂ ਬੀਪੀ ਵਧਿਆ ਥੋੜਾ ਜਿਹਾ ਬਸ, ਤੇ ਦੱਸ ਦਿੱਤਾ ਮੰਮੀ ਨੂੰ ਮੈਂ ਕਿੱਦਾਂ ਖਾਣੀ ਆ, ਤੇ ਤੂੰ ਮੈਨੂੰ ਇਦਾਂ ਕੰਮ ਕਰ, ਇੱਕ ਬਰਫ਼ ਪਾ ਕੇ ਦੇ, ਮੈਂ ਦੁਕਾਨੇ ਜਾਵਾਂ, ਹੈਂ ਤੇ ਫਿਰ ਤੁਸੀਂ ਬਾਕੀ ਦੇਖ ਲਿਓ ਆਪੀ ਅੰਦਰ, ਟੀ ਵੀ ਟੂਵੀ ਬੰਦ ਕਰ ਦਿਓ, ਉਹ ਤੁਸੀਂ ਦੇਖੋ ਕੀ ਬਣਾਉਣਾ, ਉਹ ਤੁਸੀਂ ਦੇਖੋ ਕੀ ਬਣਾਉਣਾ, ਮੈਨੂੰ ਉਹਦਾ ਬਣਾਉਣ ਵਾਲਾ ਕੋਈ ਮਤਲਬ ਨਹੀਂ, ਇਹ ਤੁਹਾਡਾ ਕੰਮ ਆ ਜੀ, ਮੈਂ ਅਸੀਂ ਬਾਹਰਲੇ ਕਰਨੇ ਆ, ਤੁਸੀਂ ਦੱਸੋ ਕੀ ਲੈ ਕੇ ਆਉਣਾ, ਅਸੀਂ ਲਿਆ ਦੇਣਾ ਆ, ਬਣਾਉਣਾ ਤੁਸੀਂ ਆ, ਬਰਫ਼ ਦੇ ਮੈਂ ਜਾਵਾਂ। ਹਾਂਜੀ ਆ ਗਏ ਪੁੱਤਰ ਜੀ, ਟਿਊਸ਼ਨ ਤੋਂ ਆ ਗਏ, ਦੇਖ ਟਾਈਮ ਪਾਪਾ ਚਲ ਗਿਆ, ਪਾਪਾ ਨੂੰ ਫੋਨ ਆਇਆ, ਟਾਈਮ ਇੱਕ ਵਜ ਚੱਲਿਆ ਆ। ਹਾਂਜੀ ਮੰਮੀ ਕੋਈ ਫਰਕ ਲੱਗਦਾ? ਹਾਂ ਠੀਕ ਆ। ਹਾਂਜੀ ਭੈਣ ਜੀ ਕੀ ਖਾਣਾ ਫਿਰ? ਪਹਿਲਾਂ ਆਪਣੇ ਬੈਗ ਅੰਦਰ ਰੱਖ ਕੇ ਆਓ, ਜਾਓ ਅੰਦਰ ਰੱਖ ਕੇ ਆਓ, ਜਾਓ ਕੀ ਖਾਣਾ ਦੇਖਦੇ ਆ। ਮੰਮਾ ਕੀ ਕਰਦੇ ਹੋ? ਮੰਮਾ ਕੀ ਕਰਦੇ ਹੋ? ਮੈਨੂੰ ਕੋਈ ਮਤਲਬ ਨੀ ਹੈਗਾ, ਮੈਂ ਮਤਲਬ ਹੀ ਨੀ ਹੈਗੀ, ਬਿਲਕੁਲ ਵੀ ਮਤਲਬ ਹੀ ਨੀ ਹੈਗੀ ਮੰਮਾ। ਮੰਮਾ ਕਰਦੇ ਪਏ ਆ ਪੂਰੀ ਵਲੌਗ ਚ ਆ ਗਈ, ਹੈਲੋ ਫਰੈਂਡਸ, ਚਾਹ ਪੀ ਲੋ, ਪੜ੍ਹ ਲੋ, ਪੂਰੀ ਪੜ੍ਹਾਉਂਦੀ ਪਈ ਨਾਲਿਆਂ ਨੂੰ, ਹੈਲੋ ਪੜ੍ਹ ਲਓ, ਪੂਈ ਪੂਈ ਡੰਡਾ ਲੈ ਕੇ ਬੈਠੀ, ਪੂਈ ਡੰਡਾ ਦਿਖਾਈ ਪੁੜਪੁੜੀ ਨੂੰ, ਪੁੜਪੁੜੀ ਉੱਤੇ ਕੀ ਲਿਖਿਆ ਹੋਇਆ AK-47 ਰਾਮ ਪਿਆਰੀ, ਪੂਈ ਰਾਮ ਪਿਆਰੀ ਕੋਲ ਆ, ਓ ਰਾਮ ਪਿਆਰੀ ਕਿਆ ਲਿਖਿਆ ਆ ਚਲੋ ਕਰੋ ਗੱਲਾਂ ਫਿਰ। ਪਾਪਾ ਆ ਗਏ ਕਿਉਂ? ਉਹਨਾਂ ਦੀ ਕਿਸੇ ਬੰਦੇ ਨੇ ਪੇਮੈਂਟ ਦੇਣ, ਕਹਿੰਦਾ ਮੈਂ ਦੁਕਾਨੇ ਪੇਮੈਂਟ ਦੇਣ ਆਉਂਦਾ ਆ, ਮੈਂ ਵੇਟ ਕਰਦਾ ਰਿਹਾ, ਮੁੜ ਕੇ ਪੇਮੈਂਟ ਉਹਨੇ ਗੂਗਲ ਪੇ ਪਾਤੀ, ਇਹਨਾਂ ਦੇ ਬੰਦੇ ਸਲਾਈਏ ਦੱਸੋ, ਜੇ ਤੁਸੀਂ ਗੂਗਲ ਪੇ ਪਾਉਣੀ ਆ ਤਾਂ ਫਿਰ ਤੁਸੀਂ ਕਿਉਂ ਕਹਿੰਦੇ ਆ ਬਿੱਠੋ ਦੁਕਾਨੇ ਮੈਂ ਆਉਂਦਾ ਤੁਹਾਡੇ? ਅੰਮਾ ਕੀ ਕਰਦੇ? ਮੰਮਾ ਦਾ ਕੰਮ, ਮੰਮਾ ਦਾ ਹੁਣ ਮੰਮਾ ਦਾ ਪਹਿਲੇ 10-15 ਦਿਨ ਬਿਜੀ ਆ, 10 ਦਿਨ ਤਾਂ ਮੰਮਾ ਨਹੀਂ ਦਿੱਲੀ ਹੋਣੀ, ਮੰਮਾ ਹੁਣ ਰੋਟੀ ਖਾਣ ਲੱਗਾ, ਮੰਮੀ ਕਿੱਥੋਂ ਲੱਗਦੀ ਬਣੇ ਯਾਰ ਤੁਸੀਂ ਅੱਜ, ਮੈਂ ਸੋਹਣੀ ਬਣ ਲੱਗਦੀ ਬਣੇ, ਪਾਪਾ
ਹੈਲੋ ਚੋਰੀ ਕੀਤੀ ਖਾਂਦੇ ਮੇਰੇ ਤੋਂ ਬਾਅਦ ਤੁਸੀਂ ਯਾਰ ਵਲੌਗ ਚ ਸਿੱਧਾ ਕਿਤੇ ਬਣਾਇਆ ਵਲੌਗ ਜੇ ਨਹੀਂ ਬਣਾਇਆ ਪਰ ਮੈਂ ਵਲੌਗ ਚੈੱਕ ਕਰ ਰਿਹਾ ਸੀਗਾ ਵਿੱਚ ਤੇਰੀਆਂ ਸਨੈਪਚੈਟ ਦੀ ਵੀ ਫੋਟੋਆਂ ਜਿਹੜੀਆਂ ਆ ਗਈਆਂ ਜਿੱਤੇ ਜਪੀ ਨੂੰ ਲਿਆ ਕੇ ਖਾਧੀ ਆ ਯਾਰ ਮਮਾ ਪੁਰਾਣੀ ਸੀਗੀ ਨਾ ਸਨੈਪ ਮੈਨੂੰ ਨਹੀਂ ਪੁਰਾਣੀ ਸਨੈਪ ਮੇਰੇ ਤੋਂ ਪੈਸੇ ਵੀ ਲੈ ਜਾਂਦੇ ਆ ਤੁਸੀਂ ਬਾਬਾ ਸੋਹਣੇ ਹੁਣ ਲੱਗ ਰਹੇ ਆ ਅੱਜ ਇਕਦਮ ਇੰਨੇ ਸੋਹਣੇ ਗੋਰੇ ਚਿੱਟੇ ਕਿਊਟ ਕਿਊਟ ਜੇ ਅੰਮਾ ਲਿਖ ਦੇਣਾ ਹੈਪੀ ਮਦਰ ਡੇ ਦੋ ਵੀ ਸੋਹਣੇ ਪੜ੍ਹਦੀ ਪਈ ਸੀ ਕੀ ਗੱਲ ਮੇਰਾ ਹਿਸਟਰੀ ਜੋਗ ਜੀਓ ਅਤੇ ਸਿਵਿਕਸ ਦਾ ਇਗਜ਼ਾਮ ਮਤਲਬ ਐਸ ਐਸ ਸੀ ਦਾ ਇਗਜ਼ਾਮ ਹੈ ਮੰਮੀ ਕੱਲ ਮੇਰਾ ਪਤਾ ਕਿਹੜਾ ਇਗਜ਼ਾਮ ਆ ਸਾਰਾ ਸਾਲ ਟੈਨਸ਼ਨ ਸਾਰਾ ਸਾਲ ਟੈਨਸ਼ਨ ਸਕੂਲ ਟੀਚਰ ਐਕਸਪੋਜ਼ ਹੋ ਗਈ ਮੈਡਮ ਸਾਡੀ ਕੋਈ ਨਾ ਐਕਸਪੋਜ਼ ਹੋ ਗਈ ਮੈਡਮ ਤੁਸੀਂ ਨਹੀਂ ਤੁਹਾਨੂੰ ਨਹੀਂ ਸਮਝ ਲੱਗਦੀ ਯਾਰ ਮੈਮ ਕਰਾਂਦੀ ਆ ਪਰ ਮੈਂ ਨਹੀਂ ਸਮਝ ਰਹੀ ਅੱਛਾ ਉੱਪਰ ਦੀ ਨਿਕਲ ਜਾਂਦਾ ਮੈਡਮ ਦਾ ਸਮਝਾਇਆ ਆ ਨਾ ਹੈ ਇਸ ਫਾਈਨਲੀ ਪ੍ਰਾਈਮ ਮਿਨਿਸਟਰ ਆ ਗਿਆ ਓਏ ਸਿਆਲ ਸਾਰਾ ਪ੍ਰਾਈਮ ਮਿਨਿਸਟਰ ਆ ਗਿਆ ਮੰਮੀ ਹੁਣ ਗੱਲ ਹੋ ਗਈ ਆ ਆਇਆ ਹੋ ਹੁਣ ਮੈਂ ਪੜ੍ਹਦੀ ਪਈ ਸੀ ਤੇ ਹਰਮਨ ਆ ਗਿਆ ਮੈਂ ਚੱਲ ਵਲੌਗ ਬਣਾ ਲੈਂਦੀ ਅੱਲੇ ਪਾਣੀ ਦੇਖਿਓ ਰਾਤ ਦੀ ਮੰਮੀ ਸ਼ੀਸ਼ੇ ਮੂਹਰੇ ਜਾ ਕੇ ਨਾ ਆਪਣਾ ਮੂੰਹ ਦੇਖਣਾ ਐ ਕਰਕੇ ਮੰਮੀ ਐ ਕਰੂ ਜਾ ਕੇ ਆਪਣਾ ਨੂੰ ਦੇਖੋ ਮੰਮੀ ਪਤਾ ਨਹੀਂ ਮੇਰਾ ਬੂਦਾ ਕਿੱਦਾਂ ਆਇਆ ਹੋਣਾ ਮੇਰਾ 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 ਲੈਂਦੇ ਮੈਨੂੰ ਮੱਲੂ ਮੰਮੀ ਅੜੀ ਕਿੰਨੀ ਸੋਹਣੀ ਆ ਗਾਈਸ ਓਏ ਫੜੀ ਬੈਂਟ ਵਾਲਿਆ ਇੰਨੀ ਦੇਖੋ ਆ ਗਈ ਇੱਕ ਦਿਨ ਅੰਮ੍ਰਿਤਸਰ ਚਲ ਕੇ ਸਾਰੇ ਪੈਸੇ ਲੱਗ ਗਏ ਵਿਚਾਰੇ ਦੇ ਇੰਨੀ ਗਰੀਬੀ ਆ ਗਈ ਫਟੇ ਕੱਪੜੇ ਪਾ ਰਿਹਾ ਮੰਮਾ ਪੱਲੂ ਪਲੀਜ਼ ਕਰ ਲੈਂਦੇ ਸੂਟ ਦੇਣਾ ਮੈਂ ਯਾਰ ਨਾ ਤਾਂ ਆਏ ਕਰ ਲੋ ਤੂੰ ਦੇ ਕੰਮ ਯਾਰ ਬਾਹਰ ਰੋਟੀ ਖਵਾਣ ਪਾਪਾ ਕੋਈ
ਅਸੀਂ ਲੈ ਕੇ ਚੱਲੇ ਦੋਨੇ ਮਦਰ ਤੋਂ ਛੁੱਟੀ ਦੇਤੀ ਕੰਮ ਤੋਂ ਆ ਜਾਣਾ ਦੋਨੇ ਮਦਰਸ ਨੂੰ ਲੈ ਜਾਂਦੇ ਆਪਾਂ ਅੱਜ ਰੋਟੀ ਖਾਣ ਬਾਰੇ ਸਾਡੀ ਲੱਗ ਗਈ ਲੋਟਰੀ ਮੈਂ ਬਾਹਰ ਰੋਟੀ ਖਾਣ ਹੈਨਾ ਮੰਮੀ ਫਿਰ ਹੁਣ ਉੱਥੇ ਮਿਲਦੇ ਜਾ ਕੇ ਪਹੁੰਚ ਚੱਲੇ ਆ ਪਹੁੰਚ ਹੀ ਗਏ ਹੈਨਾ ਪਹੁੰਚ ਗਏ ਜਦੋਂ ਆਪਾਂ ਆਏ ਜਦੋਂ ਨਵਾਂ ਨਵਾਂ ਖੁੱਲਿਆ ਸੀਗਾ ਹਨਾ ਗੱਡੀਆਂ ਬਹੁਤ ਆ ਇੱਥੇ ਚਲੋ ਚਲਤੇ ਹੈ ਭਰਾਵਾ ਉਹਨੂੰ ਬੰਦ ਕਰਿਓ ਯਾਰ ਮੜੇ ਉਹ ਆ ਕੀ ਆ ਪਹੁੰਚ ਚੁੱਕੇ ਹੈ ਹਮ ਗਾਈਚ ਪਾਪਾ ਦੀ ਥਾਲੀ ਆ ਰਹੀ ਮੈਂ ਵੀ ਲੈਣੀ ਮੰਮੀ ਓ ਵਾਓ ਪਾਪਾ ਖਾ ਲੈਂਦੇ ਫਿਰ ਹੁਣ ਬਣਾਉਂਦੇ ਆ ਹਾਂਜੀ ਕਿੱਦਾਂ ਜੀ ਕਿੱਦਾਂ ਵੇ ਵਧੀਆ ਹਾਂ ਬਈ ਹਾਂਜੀ ਮਾਤਾ ਰੱਜ ਗਏ ਮੈਡਮ ਮੰਮੀਆਂ ਦਾ ਅੱਜ ਜ਼ਰੂਰੀ ਸੀ ਰੱਜਣਾ ਨਾ ਮੰਮੀਆਂ ਕਰਕੇ ਤਾਂ ਆਏ ਆਪਾਂ ਨਾ ਅੱਗੇ ਰਸ਼ ਦੇਖੋ ਕਿੰਨਾ ਇੱਥੇ ਬਹੁਤ ਰਸ਼ ਆ ਕਰਦੀ ਇੱਥੇ ਐਂਡ ਬਲੋਗ ਦਾ ਇਹ ਘਰ ਜਾ ਕਰਨਾ ਚਲੋ ਠੀਕ ਆ ਘਰ ਜਾ ਕਰਦੇ ਫਿਰ ਸਾਨੂੰ ਪਹਿਲੇ ਛੱਡ ਕੇ ਆ ਗਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਅਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋਅ ਹੋਵੇ ਥੈਂਕ ਯੂ